ਕਪੂਰਥਲਾ ਤੇ ਅੰਮ੍ਰਿਤਸਰ ਦੇ ਵਿੱਚ 2 ਦਿਨ ਦੇ ਅੰਦਰ 2 ਜਾਨਾਂ ਨੂੰ ਮਾਰਤਾ ਗਿਆ ਬੇਅਦਬੀ ਦੇ ਕੇਸ ਦੇ ਵਿੱਚ ਕਪੂਰਥਲਾ ਵਾਲਾ ਥੋੜਾ ਕੰਟਰੋਵਰਸ਼ਲ ਕਿਉਂਕਿ ਆਈਜੀ ਨੇ ਵੀ ਕਿਹਾ ਕਿ ਇਦਾਂ ਦੇ ਪੁਕਤਾ ਸਬੂਤ ਨਹੀਂ ਮਿਲੇ ਨੇ ਕਿ ਉਹ ਮੁੰਡਾ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੇ ਲੰਗਰ ਖਾਦਾ ਮੁੰਡੇ ਨੇ ਆ ਕੇ ਫਿਰ ਗੁਰਦੁਆਰੇ ਦੇ ਅੰਦਰ ਵੜਿਆ ਆਈ ਥਿੰਕ ਤੇ ਕਿਸੇ ਨੇ ਜਦੋਂ ਉਹਨੂੰ ਦੇਖਿਆ ਉਹਨੂੰ ਲੱਗਿਆ ਉਹ ਡਰ ਗਿਆ ਮੁੰਡਾ ਤੇ ਉਹ ਗੁਰਦੁਆਰੇ ਤੋਂ ਬਾਅਦ ਦੌੜਿਆ ਤੇ ਉਹਨੂੰ ਫੜ ਕੇ ਇਦਾਂ ਲੋਕਾਂ ਨੂੰ ਲੱਗਾ ਕਿ ਸ਼ਾਇਦ ਉਹ ਬੇਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਹਨੂੰ ਕੁੱਟਮਾਰ ਕੀਤੀ ਗਈ ਤੇ ਉਹਨੂੰ ਮਾਰਤਾ ਗਿਆ ਤੇ ਦੂਜਾ ਅੰਮ੍ਰਿਤਸਰ ਵਾਲਾ ਆਪਾਂ ਕਲੀਅਰਲੀ ਦੇਖਿਆ ਕਿਉਂਕਿ ਜੋ ਕਲਿੱਪ ਸੀ ਬਹੁਤ ਜ਼ਿਆਦਾ ਵਾਇਰਲ ਹੋਇਆ ਕਿ ਉਹਨੇ ਫੈਂਸ ਟੱਪੀ ਤਲਵਾਰ ਚੱਕੀ ਤੇ ਉਹ ਕੁਝ ਵੀ ਕਰ ਸਕਦਾ ਸੀ ਉਹ ਕਿਸੇ ਤੇ ਹਮਲਾ ਵੀ ਕਰ ਸਕਦਾ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਬਟ ਇਸ ਵਾਰ ਜੋ ਮੁੰਡਾ ਮਰੀਆ ਅੰਮ੍ਰਿਤਸਰ ਵਾਲਾ ਮੈਂ ਇੰਨਾ ਐਮਪੈਥੈਟਿਕ ਨਹੀਂ ਆ ਮੁੰਡੇ ਦੇ ਨਾਲ ਜਦੋਂ ਸਿੰਘੂ ਬਾਰਡਰ ਤੇ ਗੱਲ ਹੋਈ ਸੀ ਤੇ ਮੈਂ ਆਪਣਾ ਰੂਸ ਪ੍ਰਗਟਾਵਾ ਕੀਤਾ ਸੀ ਕਿ ਕਿਸੇ ਪਾਗਲ ਬੰਦੇ ਨੂੰ ਮਾਰਤਾ ਜਦੋਂ ਆਪਾਂ ਨੂੰ ਸ਼ੋਰਟੀ ਵੀ ਨਹੀਂ ਕਿ ਉਹਨੇ ਕਿਹੜੇ ਗ੍ਰੰਥ ਨੂੰ ਉਹਨੇ ਕੀ ਚੀਜ਼ ਕੀਤੀ ਹੈ ਕੋਈ ਕਲਿੱਪ ਨਹੀਂ ਸੀ ਤੇ ਉਹਨੂੰ ਜ਼ਿੰਦਾ ਟੰਗਦਾ ਗਿਆ ਤੇ ਉਹ ਬੜੀ ਬਾਰਬਰਕਤਾ ਸੀ ਮੇਰੇ ਸਾਹਮਣੇ ਤੇ ਬਟ ਇਸ ਵਾਰ ਜੋ ਹੋਇਆ ਮੁੰਡਾ ਮਰਿਆ ਮੈਂ ਇੰਨਾ ਐਮਪੈਥੈਟਿਕ ਨਹੀਂ ਹਾਂ ਅਗਰ ਸਿੰਘੂ ਬਾਰਡਰ ਤੋਂ ਬਾਹਰ ਜੋ ਇਨਸੀਡੈਂਟ ਹੋਇਆ ਉਹ ਤੋਂ ਤੁਸੀਂ ਕੁਝ ਨਹੀਂ ਸਿੱਖਿਆ ਕਿ ਬੇਅਦਬੀ ਕਰਨ ਵਾਲੇ ਨਾਲ ਕੀ ਹੋ ਸਕਦਾ ਫਿਰ ਵੀ ਤੁਸੀਂ ਇਦਾਂ ਦੇ ਐਕਟ ਕਰਦੇ ਹੋ ਤੇ ਜੋ ਵੀ ਕਨਕਲੂਜਨ ਹੋਏਗਾ ਉਹ ਤੁਹਾਡੇ ਦੇ ਉੱਤੇ ਵੇ ਠੀਕ ਹੈ ਕਿਉਂਕਿ ਲੋਕੀ ਬਹੁਤ ਜ਼ਿਆਦਾ ਗੁੱਸੇ ਨੇ ਖਾਸ ਕਰਕੇ ਸਿੱਖ ਕਮਿਊਨਿਟੀ ਕਿਉਂਕਿ ਵਾਰ-ਵਾਰ ਵਾਰ-ਵਾਰ ਇਦਾਂ ਦੇ ਇਨਸੀਡੈਂਟ ਹੋ ਰਹੇ ਨੇ ਮੈਂ ਕਦੀ ਕਦੀ ਨਾ ਬੜਾ ਪ੍ਰੋਗਰੈਸਿਵ ਸੋਚਣ ਦੀ ਕੋਸ਼ਿਸ਼ ਕਰਦਾ ਬਟ ਜਦੋਂ ਵਾਰ-ਵਾਰ ਇਦਾਂ ਦੇ ਇਨਸੀਡੈਂਟ ਹੁੰਦੇ ਨੇ ਨਾ ਤੇ ਮਿੰਨ ਮੇਰਾ ਵੀ ਖੂਨ ਖੋਲਦਾ ਕਿ ਯਾਰ ਇਹ ਵਾਰ-ਵਾਰ ਇਦਾਂ ਕਿਉਂ ਹੁੰਦਾ ਪਿਆ ਕਿ ਸਾਨੂੰ ਇੱਕ ਮਜ਼ਾਕ ਵਾਂਗ ਹੀ ਦੇਖਿਆ ਜਾ ਰਿਹਾ ਹੈ ਬਟ ਅੱਜ ਦਾ ਜੋ ਐਪੀਸੋਡ ਹੈ ਮੈਂ ਇਹ ਨਹੀਂ ਬੋਲਣਾ ਚਾਹੁੰਦਾ ਕਿ ਮੈਂ ਕੀ ਫੀਲ ਕਰਦਾ ਹਾਂ ਕਿ ਉਹ ਮੁੰਡੇ ਨੂੰ ਮਾਰਤਾ ਗਿਆ ਆਈ ਥਿੰਕ ਉਹ ਥੋੜਾ ਡਿਸਰਵਿੰਗ ਸੀ ਇਸ ਟਾਈਮ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਥੋੜਾ ਡਿਗ ਡੀਪ ਕਰਾਂ ਕਿ ਇਹਦੇ ਕੀ ਕਾਰਨ ਨੇ ਵਾਰ-ਵਾਰ ਇਹ ਕਿਉਂ ਹੋ ਰਿਹਾ ਕਿਉਂ ਇੰਨੀ ਡਿਸਟਰਬੈਂਸ ਪੰਜਾਬ ਦੇ ਵਿੱਚ ਫਲਾਉਣ ਦੀ ਕੋਸ਼ਿਸ਼ ਖੁਰਈਏ ਤੇ ਬਾਰ-ਬਾਰ ਟੈਗ ਲਾ ਦਿੰਦੇ ਆ ਪਾਗਲ ਸੀ ਉਹ ਬੰਦਾ ਪਾਗਲ ਸੀ ਉਹ ਬੰਦਾ ਆ ਪਾਗਲ ਸੀ ਹਰ ਬੰਦੇ ਜਿੰਨੇ ਵੀ ਬੇਅਦਬੀ ਕੀਤੀ ਉਹ ਬੰਦਾ ਪਾਗਲ ਸੀ ਬਟ ਭਗਵੰਤਵਾਹ ਨੇ ਬੜਾ ਵਧੀਆ ਪੁਆਇੰਟ ਕਿਹਾ ਕਿ ਇਹ ਪਾਗਲ ਬੰਦਿਆਂ ਨੂੰ ਗੁਰਦੁਆਰੇ ਹੀ ਕਿਉਂ ਦੇਖਦੇ ਨੇ ਇਹ ਪਾਗਲ ਬੰਦਿਆਂ ਨੂੰ ਪਟੜੀ ਕਿਉਂ ਨਹੀਂ ਦੇਖਦੀ ਉੱਤੇ ਜਾ ਕੇ ਬੈਂਦੇ ਕਿਉਂ ਨਹੀਂ ਕਿ ਟ੍ਰੇਨ ਉਹਨਾਂ ਦੇ ਉੱਤੋਂ ਦੀ ਲੰਘ ਜਾਏ ਇਹ ਪਾਗਲ ਬੰਦਿਆਂ ਨੂੰ ਕੋਈ ਬਿਲਡਿੰਗਾਂ ਕਿਉਂ ਨਹੀਂ ਦੇਖਦੀ ਕਿ ਉਹਨਾਂ ਦੇ ਉੱਤੋਂ ਚੜ ਕੇ ਓਸ਼ਾਲ ਮਾਰ ਦੇਣ ਇਹਨਾਂ ਨੂੰ ਸਪੈਸੀਫਿਕਲੀ ਪਤਾ ਹੈ ਕਿ ਕੀ ਕਰਨਾ ਤੇ ਕਿਸ ਟਾਈਮ ਕਰਨਾ ਫੋਰ ਸ਼ੋਰ ਕਿ ਉਹਨਾਂ ਦੇ ਵਿੱਚ ਇੰਨਾ ਦਿਮਾਗ ਨਹੀਂ ਕੋਈ ਉਹਨਾਂ ਨੂੰ ਜਰੂਰ ਦੱਸਦਾ ਹੋਏਗਾ ਪਿੱਛੇ ਮਾਸਟਰਮਾਈਂਡ ਕੋਈ ਜਰੂਰ ਹੋਰ ਹੈ ਉਹ ਬੰਦਾ ਸਪੈਸੀਫਿਕਲੀ ਉੱਥੇ ਪਹੁੰਚਿਆ ਉਹਨੇ ਫੈਂਸ ਟੱਪੀ ਉਹਨੂੰ ਪਤਾ ਸੀ ਉਹਨੇ ਕੀ ਕਰਨਾ ਠੀਕ ਹੈ ਉਹਨਾਂ ਦੇ ਸਰੋਵਰ 'ਚ ਡਿੱਗਾ ਨਾ ਕਿਤੇ ਹੋਰ ਗਿਆ ਪ੍ਰੋਪਰਲੀ ਪਲੈਨਿੰਗ ਜਿਹਨੂੰ ਜੋ ਪਾਗਲ ਬੰਦਾ ਵੀ ਸੀ ਪਾਗਲ ਬੰਦੇ ਦਾ ਇੰਨਾ ਦਿਮਾਗ ਨਹੀਂ ਹੋ ਸਕਦਾ ਉੱਥੇ ਜਾ ਕੇ ਤੇ ਪਹਿਲਾ ਜੋ ਸਭ ਤੋਂ ਵੱਡੀ ਐਂਟੀਟੀ ਜੋ ਇੰਨਾ ਚੀਜ਼ਾਂ ਤੋਂ ਗੇਨ ਕਰਦੀ ਹੈ ਉਹ ਪੋਲਿਟিক্যাল ਪਾਰਟੀਆਂ ਆਈ ਥਿੰਕ 2015 ਤੋਂ ਬਾਅਦ ਬੇਅਦਬੀਆਂ ਦੇ ਕੇਸਸ ਉਹਨੇ ਸ਼ੁਰੂ ਹੋਏ 15 ਵਾਲੀ ਜੋ ਬੇਅਦਬੀ ਸੀ ਉਹ ਉੱਤੇ ਬਹੁਤ ਜ਼ਿਆਦਾ ਰੋਸ ਜਾਂ ਪ੍ਰੋਟੈਸਟ ਵੀ ਹੋਏ ਕਿ ਇਹਦਾ ਕੁਝ ਨਾ ਕੋਈ ਹੱਲ ਨਿਕਲਣਾ ਚਾਹੀਦਾ ਬਟ ਕੋਈ ਜ਼ਿਆਦਾ ਹੱਲ ਨਹੀਂ ਹੋਇਆ ਤੇ 2015 ਤੋਂ 17 ਦੇ ਵਿੱਚ ਲਗਭਗ 100 ਤੋਂ ਜ਼ਿਆਦਾ ਬੇਅਦਮੀਆਂ ਹੋ ਚੁੱਕੀਆਂ ਸੀ ਤੇ ਇਹ ਅਕਾਲੀ ਦਲ ਦੇ ਟਾਈਮ ਹੋਇਆ ਤੇ ਅਕਾਲੀ ਦਲ ਬਹੁਤ ਬੁਰੀ ਤਨਹਾਰੀ ਕਿਉਂਕਿ ਲੋਕੀ ਗੁੱਸੇ 'ਚ ਆ ਗਏ ਸੀਗੇ ਤੁਸੀਂ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਕੁਝ ਕਿਉਂ ਨਹੀਂ ਕਰਦੇ ਤੇ ਅਕਾਲੀ ਦਲ ਹਾਰੀ ਤੇ ਹੁਣ ਵੋਟਾਂ ਫੇਰ ਆ ਗਈਆਂ ਨੇ ਤੇ ਹੁਣ ਫਿਰ ਇਹ ਕੇਸ ਆ ਪਖਣੇ ਸ਼ੁਰੂ ਹੋ ਚੁੱਕੇ ਨੇ ਤੇ ਪੋਸਿਬਿਲਿਟੀ ਹੈ ਕਿ ਕੋਈ ਨਾ ਕੋਈ ਪੋਲਿਟੀਕਲ ਪਾਰਟੀ ਇਹਦੇ ਵਿੱਚ ਇਨਵੋਲ ਹੋਏ ਤੇ ਪੋਲਿਟੀਕਲ ਪਾਰਟੀਆਂ ਨੂੰ ਕੋਈ ਵੀ ਡਿਸਟਰਬੈਂਸ ਹੋਵੇ ਸਟੇਟ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਕਿਉਂਕਿ ਲੋਕਾਂ ਦਾ ਧਿਆਨ ਭਟਕਾ ਸਕਦੀਆਂ ਨੇ ਇਹ ਚੀਜ਼ਾਂ ਬੇਅਦਬੀ ਦੇ ਕੇਸਸ ਤੇ ਲੋਕਾਂ ਨੂੰ ਇਮੋਸ਼ਨਲੀ ਮੈਨੀਪੂਲੇਟ ਕਰਕੇ ਉਹ ਵੋਟਾਂ ਲੈ ਸਕਦੇ ਨੇ ਤੇ ਸਭ ਤੋਂ ਪਹਿਲਾਂ ਤੇ ਮੈਂ ਪੋਲਿਟਿਕਲ ਪਾਰਟੀਆਂ ਨੂੰ ਹੀ ਬਲੇਮ ਕਰਦਾ ਤੇ ਜੋ ਆਪਣੇ ਲੀਡਰ ਵੀ ਨੇ ਖੱਸੀ ਲੀਡਰ ਮੈਂ ਕਹਾਂ ਉਹ ਕਿ ਇੰਨੀ ਪਾਵਰ ਹੋਣ ਦੇ ਬਾਵਜੂਦ ਵੀ ਇਹਨਾਂ ਚੀਜ਼ਾਂ ਦਾ ਹੱਲ ਉਹ ਨਹੀਂ ਕੱਢ पाए ਸੀਬੀਆਈ ਅਗਰ ਇੰਡੀਆ ਦੀ ਗੱਲ ਕਰੀਏ ਸੀਬੀਆਈ ਹੁੰਦੀ ਹੈ ਹਰ ਇੱਕ ਸਟੇਟ ਕੋ ਆਪਣੀ ਇੰਟੈਲੀਜੈਂਸ ਹੁੰਦੀ ਹੈ ਜੇ ਜੇ ਫੋਨ ਇਸ ਟਾਈਮ ਆਪਣੇ ਕੋ ਅਵੇਲੇਬਲ ਨੇ ਹਰ ਬੰਦੇ ਕੋ ਲਗਭਗ ਫੋਨ ਹੈ ਤੇ ਹਰੇਕ ਫੋਨ ਦੇ ਵਿੱਚ ਬਹੁਤ ਆ ਡਾਟਾ ਪੁਆਇੰਟਸ ਹੁੰਦੇ ਨੇ ਬੰਦੇ ਨੂੰ ਆਪਾਂ ਪ੍ਰੈਡਿਕਟ ਕਰ ਸਕਦੇ ਆ ਬੰਦੇ ਨੇ ਕੀ ਕਰਨਾ ਜਾਂ ਜਦੋਂ ਫੋਨ ਇੱਕ ਦੂਜੇ ਨਾਲ ਕਨੈਕਸ਼ਨ ਵੀ ਕਰਦੇ ਨੇ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਫਿਗਰ ਆਊਟ ਜ਼ਰੂਰ ਕਰ ਸਕਦੇ ਹੋ ਜਿਸ ਹਿਸਾਬ ਦੀ ਆਪਣੀ ਕੋ ਟੈਕਨੋਲੋਜੀ ਹੈ ਕਿ ਇੰਨਾ ਸਾਰੀਆਂ ਚੀਜ਼ਾਂ ਦੇ ਪਿੱਛੇ ਕੌਣ ਹੈ ਅਗਰ ਉਹ ਮੁੰਡਾ ਸੀ ਉਹਦੇ ਕੋ ਫੋਨ ਵੀ ਸੀ ਉਹਦੇ ਕੰਟੈਕਟਸ ਕਿਉਂਕਿ ਜੋ ਡਾਟਾ ਇਮੇਜਿੰਗ ਹੁੰਦੀ ਹੈ ਨਾ ਤੁਸੀਂ ਕੋਈ ਚੀਜ਼ ਡਿਲੀਟ ਵੀ ਕਰਦੇ ਹੋ ਉਹ ਡਿਲੀਟ ਨਹੀਂ ਹੁੰਦੀ ਕਾਲ ਡਿਲੀਟ ਕਰਦੇ ਹੋ ਨਹੀਂ ਹੁੰਦੀ ਅਗਰ ਮੈਸੇਜ ਵੀ ਤੁਸੀਂ ਸੈਂਡ ਕੀਤਾ ਅਗਰ ਡਿਲੀਟ ਵੀ ਕਰਦੇ ਹੋ ਨਾ ਉਹ ਜੋ ਡਾਟਾ ਪ੍ਰਿੰਟ ਰਹਿ ਜਾਂਦਾ ਹੈ ਪਿੱਛੇ ਉਹ ਹਮੇਸ਼ਾ ਫੋਨ ਦੇ ਵਿੱਚ ਬਣਿਆ ਹੀ ਰਹਿੰਦਾ ਫਿਰ ਵੀ ਇੰਨੀ ਟੈਕਨੋਲੋਜੀ ਹੋਣ ਦੇ ਬਾਵਜੂਦ ਵੀ ਅਗਰ ਮਾਸਟਰਮਾਈਂਡ ਜੋ ਪਿੱਛੇ ਆਪਾਂ ਨਹੀਂ ਹਜੇ ਤੱਕ ਫੜਿਆ ਤੇ ਫੋਰ ਸ਼ੋਰ ਕੋਈ ਤਗੜਾ ਬੰਦਾ ਇਹਦੇ ਵਿੱਚ ਜ਼ਰੂਰ ਇਨਵੋਲ ਹੈ ਤੇ ਪਹਿਲਾ ਰੀਜ਼ਨ ਤੇ ਪੋਲਿਟੀਕਲ ਪਾਰਟੀਆਂ ਨੇ ਜੋ ਵਾਰ-ਵਾਰੀ ਚੀਜ਼ਾਂ ਹੋ ਰਹੀਆਂ ਕਿ ਇਹਦਾ ਆਪਾਂ ਨਿਸ਼ਕਰਸ਼ ਨਹੀਂ ਕੱਢਿਆ ਚੁੱਬੜੀ ਹੀ ਬੁਰੀ ਗੱਲ ਲੱਗਦੀ ਹੈ ਪੋਲੀਟੀਕਲ ਪਾਰਟੀਆਂ ਜੋ ਲੀਡਰ ਨੇ ਇਹ ਸਭ ਤੋਂ ਵੱਡੇ ਰੀਜ਼ਨ ਹੋ ਸਕਦੇ ਨੇ ਇਹ ਬਿਆਦਬੀਆਂ ਦੇ ਪਿੱਛੇ ਤੇ ਦੂਜਾ ਆ ਰੀਜ਼ਨ ਮੈਨੂੰ ਲੱਗਦਾ ਕਿ ਜਦੋਂ ਮੈਂ ਕਿਸੇ ਕੰਟਰੀ ਨੂੰ ਦੇਖਦਾ ਨਾ ਆਪਾਂ ਦੇਖਦੇ ਆ ਪ੍ਰਾਈਮ ਮਿਨਿਸਟਰ ਦੇਖਦੇ ਆ ਜਾਂ ਪ੍ਰੈਜ਼ੀਡੈਂਟ ਦੇਖਦੇ ਆ ਉਹ ਐਕਚੁਅਲੀ ਪਾਵਰ ਦੇ ਵਿੱਚ ਨਹੀਂ ਹੁੰਦੇ ਉਹਨਾਂ ਦੇ ਪਿੱਛੇ ਬੜੇ ਤਗੜੇ ਬਿਜ਼ਨਸਮੈਨ ਹੁੰਦੇ ਨੇ ਜੋ ਉਹਨਾਂ ਨੂੰ ਐਜ਼ ਏ ਕਟਪੁਤਲੀਆਂ ਯੂਜ਼ ਕਰਦੇ ਨੇ ਤੇ ਇੰਡੀਆ ਦੇ ਵਿੱਚ ਵੀ ਫੋਰ ਸ਼ੋਰ ਇਦਾਂ ਦੇ ਅਲੀਟਸ ਹੋਣਗੇ ਆਪਾਂ ਹੁਣੇ ਫਾਰਮਿੰਗ ਪ੍ਰੋਟੈਸਟ ਦੇ ਵਿੱਚ ਜਾਣਿਆ ਜਦੋਂ ਫਾਰਮਿੰਗ ਲਾ ਆਏ ਸੀ ਕਿ ਅਡਾਨੀ ਤੇ ਅੰਬਾਨੀ ਦਾ ਬੜਾ ਵੱਡਾ ਯੋਗਦਾਨ ਸੀ ਇਹ ਲਾਜ਼ ਨੂੰ ਲਿਆਉਣ ਦੇ ਵਿੱਚ ਤੇ ਇਸ ਲਈ ਮੈਂ ਮੰਨਦਾ ਕਿ ਜੋ ਪਾਵਰਫੁੱਲ ਲੀਡਰ ਹੁੰਦੇ ਨੇ ਉਹ ਸ਼ਾਇਦ ਇੰਨੇ ਪਾਵਰਫੁੱਲ ਨਹੀਂ ਇਹਨਾਂ ਦੇ ਪਿੱਛੇ ਇਹਨਾਂ ਨੂੰ ਕਟਪੁਤਲੀਆਂ ਵਾਂਗ ਕੋਈ ਹੋਰ ਹੀ ਚਲਾ ਰਿਹਾ ਹੈ ਹੁਣ ਜਦੋਂ ਮੈਂ ਇੰਡੀਆ ਨੂੰ ਦੇਖਾਂ ਸਭ ਤੋਂ ਗਟਸੀ ਸਟੇਟ ਕਿਹੜੀ ਹੈ ਸਭ ਤੋਂ ਖੜਨ ਵਾਲੀ ਸਟੇਟ ਕਿਹੜੀ ਹੈ ਉਹ ਮੈਂ ਦੇਖਦਾ ਪੰਜਾਬ ਜਿਨੂੰ ਪੰਜਾਬ ਨੂੰ ਜੇ ਕੋਈ ਚੀਜ਼ ਲੱਗਦੀ ਹੈਗਾ ਨਾ ਕਿ ਇਹ ਚੀਜ਼ ਸਾਡੇ ਨਾਲ ਗਲਤ ਹੁੰਦੀ ਪਈ ਤੇ ਆਪਾਂ ਆਵਾਜ਼ ਜ਼ਰੂਰ ਆਪਣੀ ਠਾਉਣੀ ਆ ਜਿੱਦਾ ਫਾਰਮਿੰਗ ਪ੍ਰੋਟੈਸਟ ਦੇ ਵਿੱਚ ਆਪਣੀ ਬੜੀ ਤਗੜੀ ਆਵਾਜ਼ ਸੀ ਤੇ ਸਰਕਾਰ ਨੂੰ ਝੁਕਣਾ ਹੀ ਪਿਆ ਤੇ ਇਦਾਂ ਹੀ ਅਗਰ ਕੋਈ ਇੰਡੀਆ ਨੂੰ ਚਲਾਉਂਦਾ ਹੈ ਕੋਈ ਬਿਜ਼ਨਸਮੈਨ ਉਹ ਦੇਖਦਾ ਪਿਆ ਕਿ ਯਾਰ ਇੰਡੀਆ ਦੇ ਵਿੱਚੋਂ ਸਭ ਤੋਂ ਖੜਨ ਵਾਲੀ ਸਟੇਟ ਹੈ ਪੰਜਾਬ ਇਹਨੂੰ ਕਿਦਾਂ ਝੁਕਾਇਆ ਜਾਵੇ ਇਹਦੀ ਗੱਲ ਮੈਂ ਪਹਿਲਾਂ ਵੀ ਕੀਤੀ ਕਿ ਜਦੋਂ ਆਪਾਂ ਗਾਣਿਆਂ ਨੂੰ ਦੇਖਦੇ ਆ ਗਾਣਿਆਂ ਨੂੰ ਸੁਣਦੇ ਆ ਕਿ ਪੰਜਾਬੀ ਗਾਣੇ ਬਾਲੀਵੁੱਡ ਦੇ ਵਿੱਚ ਕਿੰਨੇ ਜ਼ਿਆਦਾ ਫੇਮਸ ਹੋ ਚੁੱਕੇ ਨੇ ਤੇ ਪੰਜਾਬੀ ਗਾਣੇ ਕਿੰਨੇ ਉੱਗਰ ਵੀ ਨੇ ਕਿੰਨੇ ਵਾਇਲੈਂਟ ਵੀ ਨੇ ਤੇ ਉਹ ਬੜੀ ਚੀਜ਼ ਨਾਰਮਲ ਹੈ ਅਗਰ ਮੈਂ ਧਿਆਨ ਨਾਲ ਸੋਚਾਂ ਨਾ ਪੰਜਾਬ ਦੇ ਵਿੱਚ ਅਗਰ ਤੁਸੀਂ ਕੁਝ ਬੋਲ ਦਿੰਦੇ ਹੋ ਨਾ ਤੁਹਾਨੂੰ ਵਾਰ-ਵਾਰ ਮਾਫੀ ਮੰਗਣੀ ਪੈਂਦੀ ਹੈ ਕੁਝ ਤੁਸੀਂ ਬੋਲ ਲਓ ਕੁਝ ਗਲਤ ਬੋਲੋ ਪੋਲਿਟੀਕਲ ਪਾਰਟੀ ਦੇ ਅਗੇਂਸਟ ਜਾਂ ਧਰਮ ਦੇ ਅਗੇਂਸਟ ਤੁਸੀਂ ਗਾਲ ਵੀ ਨਾ ਕੱਢੋ ਕੋਈ ਨਾਰਮਲ ਚੀਜ਼ ਜੋ ਸਹੀ ਨਹੀਂ ਫੈਕਚੁਅਲ ਨਹੀਂ ਉਹ ਤੁਸੀਂ ਬੋਲਤੀ ਤੁਹਾਨੂੰ ਮਾਫੀ ਮੰਗਣੀ ਪੈਣੀ ਹੈ ਬਟ ਇਹ ਕਿੱਦਾਂ ਹੋ ਸਕਦਾ ਹੈ ਕਿ ਗਾਣੇ ਇੰਨੇ ਵਾਇਲੈਂਟ ਨੇ ਫਿਰ ਵੀ ਉਹ ਨਾਰਮਲ ਨੇ ਉੱਤੇ ਆਪਾਂ ਭੰਗੜੇ ਪਾ ਰਹੇ ਹਾਂ ਕਿਸੇ ਦਾ ਬੋਲਣਾ ਆਪਾਂ ਨੂੰ ਕਬੂਲ ਨਹੀਂ ਪਰ ਗਾਣੇ ਜੋ ਇੰਨੇ ਭੈੜੇ ਮੈਂ ਕਹਿ ਲਵਾਂ ਹਥਿਆਰ ਡਰੱਗਸ ਇੰਨੀ ਚੀਜ਼ ਮਾੜੀ ਉਹ ਚ ਬੋਲਦੇ ਆਂ ਉਹ ਆਪਣੇ ਵਾਸਤੇ ਨਾਰਮਲ ਹੈ ਏਦਾਂ ਕਿਉਂ ਠੀਕ ਇਹ ਪਹਿਲੀ ਚਾਲ ਹੋ ਸਕਦੀ ਹੈ ਕਿ ਪੰਜਾਬੀਆਂ ਨੂੰ ਕਿੱਦਾਂ ਆਪਾਂ ਥੱਲੇ ਲਾਉਣਾ ਇਹਨਾਂ ਦੇ ਦਿਮਾਗ ਦੇ ਵਿੱਚ ਗੂੰਹ ਕਿੱਦਾਂ ਭਰਨਾ ਪਹਿਲੀ ਚੀਜ਼ ਦੂਜੀ ਚੀਜ਼ ਜਦੋਂ ਮੈਂ ਬੇਅਦਬੀਆਂ ਦੇ ਦੇਖਦਾ ਹਾਂ ਕੇਸਸ ਇਹ ਪੰਜਾਬ ਜੀ ਜ਼ਿਆਦਾ ਹੁੰਦੀਆਂ ਵੀ ਆ ਧਾਰਮਿਕ ਤੌਰ ਤੇ ਬਾਕੀ ਸਟੇਟਾਂ ਦੇ ਵਿੱਚ ਏਦਾਂ ਦੇ ਕੇਸ ਨਹੀਂ ਹੁੰਦੇ ਕਿ ਕਿਸੇ ਧਰਮ ਨੂੰ ਇੰਨੀ ਠੋਕਰ ਪਚਾਈ ਜਾਵੇ ਹੁਣ ਅਗਰ ਮੈਂ ਗਾਣਿਆਂ ਦੀ ਇੱਕ ਗੱਲ ਕੀਤੀ ਦੂਜੀ ਬੇਅਦਬੀਆਂ ਦੀ ਗੱਲ ਕਰਾਂ ਬੇਅਦਬੀਆਂ ਕਰਨ ਨਾਲ ਕੀ ਗੀ ਅਚੀਵ ਹੋਏਗੀ ਕਿਸੇ ਨੂੰ ਅਗਰ ਉਹ ਇੰਡੀਅਨ 엘ੀਟਸ ਦੀ ਮੈਂ ਗੱਲ ਕਰਾਂ ਜੋ ਬਿਜ਼ਨਸਮੈਨ ਦੀ ਗੱਲ ਕਰਾਂ ਜੋ ਪੰਜਾਬ ਨੂੰ ਥੱਲੇ ਡੇਕਨ ਦੀ ਕੋਸ਼ਿਸ਼ ਕਰ ਰਹੇ ਨੇ ਇਹਦੇ ਨਾਲ ਤਿੰਨ ਚੀਜ਼ਾਂ ਗੇਨ ਹੋਣਗੀਆਂ ਪਹਿਲੀ ਗੇਨ ਹੋ ਸਕਦੀ ਹੈ ਕਿ ਸਿੱਖਾਂ ਨੂੰ ਆਪਾਂ ਡਿਵਾਈਡ ਕਰੀਏ ਸਿੱਖਾਂ ਦੇ ਅੰਦਰ ਹੀ ਫੁੱਟ ਪਾਈ ਹੈ ਹੁਣ ਸਿੰਘੂ ਬਾਰਡਰ ਦੀ ਗੱਲ ਕਰੀਏ ਸਿੰਘੂ ਬਾਰਡਰ ਤੇ ਬੇਅਦਵੀ ਹੋਈ ਸਾਰਿਆਂ ਨੇ ਆਪਣੇ ਵਿਊ ਪੁਆਇੰਟਸ ਉੱਤੇ ਮੈਂ ਵੀ ਆਪਣਾ 뷰ਪੁਆਇੰਟ ਦਿੱਤਾ ਤੇ ਮੈਨੂੰ ਜ਼ਿਆਦਾਤਰ ਅਟੈਕ ਕਰਨ ਵਾਲੇ ਸਿੱਖ ਹੀ ਸੀ ਕਿ ਤੂੰ ਐਦਾਂ ਕਿਦਾਂ ਬੋਲਿਆ ਠੀਕ ਹੈ ਹਰੇਕ ਚੀਜ਼ ਦੇ ਉੱਤੇ ਹਰੇਕ ਬੰਦੇ ਦਾ ਅਲੱਗ-ਅਲੱਗ 뷰ਪੁਆਇੰਟ ਹੈ ਹੁਣ ਇੱਕ ਸਿੱਖ ਬੋਲਦਾ ਪਿਆ ਕਿ ਨਹੀਂ ਵੱਡਣਾ ਨਹੀਂ ਸੀ ਚਾਹੀਦਾ ਇੱਕ ਕਿਸੇ ਕਹਿੰਦਾ ਕਿ ਮੇਰੇ ਗੁਰੂ ਨੂੰ ਹਮਲਾ ਕੀਤਾ ਠੀਕ ਹੈ ਵੱਡਣਾ ਚਾਹੀਦਾ ਸੀ ਹੁਣ ਉਹ ਦੋ ਸਿੱਖ ਆਪਣੇ ਆਪ ਚ ਵੰਡੇ ਗਏ ਆਪਣੇ ਆਪ ਤੇ ਉਹਨਾਂ ਨੇ ਅਟੈਕ ਕਰਨਾ ਸ਼ੁਰੂ ਕਰਤਾ ਇਹ ਪਹਿਲੀ ਉਹਨਾਂ ਦੀ ਚੀਜ਼ ਸਕਸੈਸਫੁਲ ਹੋ ਗਈ ਕਿ ਸਿੱਖਾਂ ਆਪਾਂ ਡਿਵਾਈਡ ਕਰੀਏ ਕਿੱਦਾਂ ਡਿਵਾਈਡ ਕਰੀਏ ਇਦਾਂ ਇਦਾਂ ਦੇ ਕਾਰਜ ਕਰਾ ਕੀਏ ਸਿੱਖ ਪਹਿਲੀ ਗੱਲ ਤੇ ਦੋ 그룹 ਬਣਾ ਦिए ਕਿ ਆਪਾਂ ਨੂੰ ਲੜਨ ਦੀ ਲੋੜ ਨਹੀਂ ਸਿੱਖਾਂ ਦੇ ਨਾਲ ਸਿੱਖ ਆਪਸ ਵਿੱਚ ਹੀ ਲੜਨਗੇ ਪਹਿਲਾ ਪੁਆਇੰਟ ਇਹ ਅਚੀਵ ਹੁੰਦਾ ਬੇਅਦਬੀਆਂ ਦੇ ਨਾਲ ਦੂਜਾ ਕਿ ਸਿੱਖਾਂ ਨੂੰ ਮਾਰੀ ਇੱਕ ਇਮੇਜ ਦੇਣੀ ਇੱਕ ਮੈਂ ਹੈਡਿੰਗ ਪੜ੍ਹਦਾ ਪਿਆ ਸੀ ਇੱਕ ਇੰਟਰਨੈਸ਼ਨਲ ਚੈਨਲ ਦੇ ਉੱਤੇ ਕਿ ਸਿੱਖ ਟੈਂਪਲ ਦੇ ਵਿੱਚ ਇੱਕ ਬੰਦੇ ਨੂੰ ਮਾਰਤਾ ਗਿਆ ਅੰਗਰੇਜ਼ੀ ਦੇ ਵਿੱਚ ਸੀ ਬਟ ਉਹਦੇ ਪਿੱਛੇ ਪ੍ਰੋਪਰ ਸਟੋਰੀ ਕੀ ਸੀ ਉਹ ਨਹੀਂ ਸੀ ਦੱਸੀ ਗਈ ਸਿਰਫ ਇਹੀ ਬੋਲਡ ਰਾਈਟਿੰਗ ਜਿ ਲਿਖਿਆ ਹੈ ਕਿ ਸਿੱਖ ਟੈਂਪਲ ਦੇ ਵਿੱਚ ਇੱਕ ਮੁੰਡੇ ਨੂੰ ਮਾਰਤਾ ਗਿਆ ਅਗਰ ਕੋਈ ਵੀ ਨਾਨ ਪੰਜਾਬੀ ਜਾਂ ਨਾਨ ਸਿੱਖ ਬੰਦਾ ਉਹਨੂੰ ਪੜ੍ਹੇਗਾ ਤੇ ਉਹਦੇ ਦਿਮਾਗ 'ਚ ਇਹੀ ਆਏਗਾ ਯਾਰ ਸਿੱਖ ਸਿੱਖ ਬਹੁਤ ਮਾੜੇ ਨੇ ਸਿੰਘੂ ਬਾਰਡਰ ਦੇ ਵਿੱਚ ਇਦਾਂ ਹੋਇਆ ਠੀਕ ਹੈ ਬਹੁਤ ਜਾਣਿਆਂ ਨੇ ਦੇਖਿਆ ਹੋਵੇਗਾ ਇਹਦੇ ਵਿੱਚ ਵੀ ਜਿਹੜੇ ਬੰਦਿਆਂ ਨੂੰ ਕੰਟੈਕਸਟ ਨਹੀਂ ਪਤਾ ਜਿਹੜੇ ਬੰਦਿਆਂ ਨੂੰ ਨਹੀਂ ਪਤਾ ਕਿ ਸਿੱਖ ਆਪਣੇ ਗੁਰੂ ਨੂੰ ਕਿੱਦਾਂ ਦੇਖਦੇ ਨੇ ਉਹ ਚੀਜ਼ ਸਮਝ ਨਹੀਂ ਪਾਣਗੇ ਤੇ ਇੱਕ ਇਮੇਜ ਜੋ ਸਿੱਖਾਂ ਦੀ ਏ ਉਹ ਵੀ ਬਹੁਤ ਜ਼ਿਆਦਾ ਮਾੜੀ ਜਾਂਦੀ ਏ ਬਾਹਰਲੇ ਦੇਸ਼ਾਂ ਦੇ ਵਿੱਚ ਤੇ ਇਹ ਕਾਰਨ ਦੋ ਦੂਜਾ ਜੋ ਟਾਰਗੇਟ ਸੀ ਇਹ 엘ੀਟਸ ਦਾ ਇਹ ਵੀ ਪੂਰਾ ਹੁੰਦਾ ਕਿ ਸਿੱਖਾਂ ਦੀ ਇਮੇਜ ਨੂੰ ਜੋ ਇੱਕ ਵਧੀਆ ਇਮੇਜ ਬਣੀ ਹੋਈ ਏ ਵਰਲਡ ਵਾਰ 1 ਦੇ ਵਿੱਚ ਆਪਾਂ ਲੜੇ ਵਰਲਡ ਵਾਰ 2 ਦੇ ਵਿੱਚ ਆਪਾਂ ਲੜੇ ਤੇ ਜੇ ਜੋ ਲੋਇਲਟੀ ਆ ਗੋਰੀਆ ਨੂੰ ਪਤਾ ਹੈ ਕਿ ਸਿੱਖ ਕਿੰਨੇ ਲਾਇਲ ਹੁੰਦੇ ਨੇ ਇਹ ਲਾਇਲਟੀ ਨੂੰ ਆਪਾਂ ਕਿਤੇ ਨਾ ਕਿਤੇ ਹਰਟ ਕਰ ਸਕਦੇ ਆ ਇਹ ਇਮੇਜ ਨੂੰ ਕਿਤੇ ਨਾ ਕਿਤੇ ਆਪਾਂ ਹਰਟ ਕਰ ਸਕਦੇ ਆ ਤੇ ਇਹ ਇੱਕ ਦੂਜਾ ਰੀਜ਼ਨ ਹੋ ਸਕਦਾ ਬੇਅਦਬੀ ਕਰਵਾਉਣ ਦਾ ਤੇ ਤੀਜਾ ਰੀਜ਼ਨ ਹੋ ਸਕਦਾ ਇੱਕ ਮੈਂ ਟਵਿੱਟਰ ਤੇ ਟਵੀਟ ਪੜ੍ਹਦਾ ਪਿਆ ਸੀ ਕਿਸੇ ਆਈ ਥਿੰਕ ਸੇ ਇੱਕ ਕੁੜੀ ਸੀ ਉਹਨੇ ਲਿਖਿਆ ਕਿ Hindu terrorist ਦੁਆਰਾ ਗੋਲਡਨ ਟੈਂਪਲ ਦੇ ਅੰਦਰ ਬੇਅਦਬੀ ਹੁਣ ਉਹ ਕੁੜੀ ਨੇ ਕੀ ਕੀਤਾ ਉਹਨੇ ਲਾਤਾ Hindu ਠੀਕ ਹੈ ਹੁਣ ਕੋਈ ਵੀ ਚੀਜ਼ ਕੋਈ ਵੀ ਬੰਦਾ ਇਦਾਂ ਦੀ ਮਾੜੀ ਹਰਕਤ ਕਰਦਾ ਨਾ ਉਹ ਬੰਦਾ ਧਾਰਮਿਕ ਨਹੀਂ ਹੋ ਸਕਦਾ ਕੋਈ ਵੀ ਧਰਮ ਦਾ ਹੋਵੇ ਅਗਰ ਕਿਸੇ ਨੇ ਜਾਜ ਜਾਜ ਮਾਰਿਆ ਬਿਲਡਿੰਗ ਦੇ ਵਿੱਚ ਉਹ ਬੰਦਾ ਮੁਸਲਮਾਨ ਨਹੀਂ ਹੋ ਸਕਦਾ ਉਹ ਬੰਦਾ ਪਾਗਲ ਕਹਿ ਲੀਏ ਠੀਕ ਹੈ ਅਗਰ ਉਹ ਬੰਦਾ ਗੁਰਦ ਗੁਰਦੁਆਰੇ ਜਾ ਕੇ ਉਹਨੇ ਬੇਦਬੀ ਕੀਤੀ ਤਾਂ ਉਹ ਟਵੀਟ ਦੇ ਉੱਤੇ ਉਹਨੂੰ Hindu ਕਹਿਣਾ ਉਹ ਵਾਜਬ ਨਹੀਂ ਠੀਕ ਹੈ ਜਿੰਨੇ ਵੀ ਉਹਨੇ ਜਿਹੜੇ ਵੀ ਬੰਦੇ ਨੇ ਉਹ ਟਵੀਟ ਪੜ੍ਹਿਆ ਹੋਏਗਾ ਉਹਦਾ ਕਿਤਨਾ ਕਿਤੇ ਨਫਰਤ ਆਈ ਹੋਏਗੀ ਹਿੰਦੂਇਜ਼ਮ ਵਾਲ ਕਿ ਯਾਰ ਹਿੰਦੂ ਬੰਦਾ ਯਾਰ ਉਹਨੇ ਗੁਰਦੁਆਰੇ ਇਦਾਂ ਦਾ ਘਰਾ ਕਰਤਾ ਠੀਕ ਹੈ ਉਹ ਵੀ ਸੋਚੇਗਾ ਹਿੰਦੂਆਂ ਬਾਰੇ ਤੇ ਇਹਦੇ ਨਾਲ ਇਹ ਵੀ ਇੱਕ ਹੁੰਦਾ ਕਿ ਜੋ ਪੰਜਾਬੀ ਨੇ ਜਾਂ ਜੋ ਸਿੱਖ ਨੇ ਉਹ ਹਿੰਦੂਆਂ ਵੱਲ ਥੋੜਾ ਥੋੜਾ ਇਦਾਂ ਦੁਸ਼ਸ਼ ਕਰਨਾ ਉਹਨਾਂ ਵੱਲ ਸ਼ੁਰੂ ਹੋਵੇ ਤੇ ਹਿੰਦੂਆਂ ਦੇ ਵਿੱਚ ਤੇ ਸਿੱਖਾਂ ਦੇ ਵਿੱਚ ਇੱਕ 파ੜਾ ਪਵੇ ਤੇ ਇਹ ਇੱਕ ਤੀਜਾ ਰੀਜ਼ਨ ਹੋ ਸਕਦਾ ਕਿ ਜੋ ਇਹ ਇੰਡੀਅਨ ਦੇ 엘ੀਟਸ ਨੇ ਬਿਜ਼ਨਸਮੈਨ ਨੇ ਉਹ ਜਾਣ ਬੁਝ ਕੇ ਇਹ ਚੀਜ਼ ਚੀਜ਼ਾਂ ਕਰਵਾਉਂਦੇ ਹੁਣ ਤਾਂ ਕਿ ਸਿੱਖਾਂ ਨੂੰ ਹੌਲੀ-ਹੌਲੀ ਹੌਲੀ-ਹੌਲੀ ਹੌਲੀ ਇਹਨਾਂ ਨੂੰ ਪਤਾ ਵੀ ਨਾ ਲੱਗੇ ਕਿ ਅੰਦਰੋਂ ਅੰਦਰ ਹੀ ਇਹ ਖਤਮ ਹੋ ਜਾਣ ਚਲੋ ਇੱਕ ਹੋਰ ਕਨਸਪੀਰੇਸੀ ਮੈਂ ਸੋਚਦਾ ਪਿਆ ਸੀ ਕਿ ਹੁਣ ਦੇਖੋ ਜਦੋਂ ਅਕਾਲੀ ਦਲ ਸੀ ਨਾ ਜੋ ਜੱਜਹਦਾਰ ਸੀ ਉਹ ਬਹੁਤ ਜ਼ਿਆਦਾ ਪਾਵਰਫੁੱਲ ਸੀ ਇੱਕ ਹੁੰਦੀ ਏ ਪੋਲਿਟਿਕਸ ਦੇ ਵਿੱਚ ਧਰਮ ਕਿ ਪੋਲਿਟਿਕਸ ਦੇ ਵਿੱਚ ਧਰਮ ਦਾ ਵਾਰ-ਵਾਰ ਮੈਂਸ਼ਨ ਕਰਕੇ ਆਪਾਂ ਲੋਕਾਂ ਨੂੰ ਥੋੜਾ ਇਮੋਸ਼ਨਲ ਕਰਦੇ ਆ ਤੇ ਉਹਨਾਂ ਤੋਂ ਵੋਟਾਂ ਲੈਣੇ ਆ ਫਿਰ ਹੁੰਦੀ ਏ ਧਰਮ ਦੇ ਵਿੱਚ ਪੋਲਿਟਿਕਸ ਫਿਰ ਤੁਸੀਂ ਉਹ ਦੇਖੀ ਹੋਵੇਗਾ ਕਲਿੱਪ ਜਦੋਂ ਗੁਰਦੁਆਰੇ ਤਲਵਾਰਾਂ ਚੱਲੀਆਂ ਸੀ ਕਿ ਦੋ ਗਰੁੱਪ ਆਈ ਥਿੰਕ ਲੜ ਪਏ ਸੀ ਕਿ ਪ੍ਰਧਾਨਗੀ ਕਿੰਨੂੰ ਮਿਲੇਗੀ ਠੀਕ ਜਿਵੇਂ ਅਕਾਲੀ ਦਲ ਸੀ ਜੱਥੇਦਾਰ ਬਹੁਤ ਸੀ ਜਿੰਨਾਂ ਕੋਲ ਬਹੁਤ ਜ਼ਿਆਦਾ ਪਾਵਰ ਸੀ ਅਕਾਲੀ ਦਲ ਹੋਣ ਗਈ ਆਈ ਥਿੰਕ ਇੰਨੀ ਦਾ ਸਟਰੋਂਗ ਪਾਰਟੀ ਨਹੀਂ ਤੇ ਜਿੱਥੇਦਾਰਾਂ ਦੀ ਜੋ ਪੋਜੀਸ਼ਨ ਹੈ ਥੋੜੀ ਜੀ ਪ੍ਰੋਬਲਮ ਦੇ ਵਿੱਚ ਵੇ ਇੰਨੇ ਪਾਵਰਫੁੱਲ ਸ਼ਾਇਦ ਉਹ ਨਹੀਂ ਰਹਿਣਗੇ ਹੁਣ ਜੇ ਦੂਜੀ ਚੀਜ਼ ਵੀ ਦੇਖਾਂਗੇ ਜੋ ਨਵੀਂ ਪਨੀਰੀ ਹੈ ਨਾ ਧਰਮ ਤੋਂ ਥੋੜੀ ਹੌਲੀ ਹੌਲੀ ਦੂਰ ਜਾਂਦੀ ਜਾ ਰਹੀ ਹੈ ਕਿ ਧਰਮ ਦੇ ਉੱਤੇ ਜਿਆਦਾ ਤਵੱਜੋ ਨਹੀਂ ਦਿੰਦੀ ਹੁਣ ਜੇ ਤੁਸੀਂ ਕਿਸੇ ਰਿਲੇਸ਼ਨਸ਼ਿਪ ਚੋਂ ਨਾ ਜਾਂ ਤੁਹਾਡਾ ਕਿਸੇ ਨਾਲ ਬੜਾ ਵਧੀਆ ਤੁਹਾਡਾ ਇੱਕ ਬੜਾ ਵਧੀਆ ਦੋਸਤ ਹੈ ਜਾਂ ਤੁਹਾਡਾ ਆਪਣੇ ਮਮ ਡੈਡ ਨਾਲ ਬਹੁਤ ਜ਼ਿਆਦਾ ਪਿਆਰ ਹੈ ਤੁਹਾਡਾ ਸਿਸਟਰ ਨਾਲ ਬਹੁਤ ਜ਼ਿਆਦਾ ਪਿਆਰ ਹੈ ਜਿੰਨਾ ਚਿਰ ਉਹ ਤੁਹਾਡੇ ਕੋਲ ਨੇ ਨਾ ਤੁਸੀਂ ਉਹਨਾਂ ਨੂੰ ਨਾਰਮਲ ਮੰਨੋਗੇ ਤੁਹਾਨੂੰ ਉਹਨਾਂ ਦੀ ਕਦਰ ਇੰਨੀ ਜ਼ਿਆਦਾ ਨਹੀਂ ਲੱਗੇਗੀ ਜਿਵੇਂ ਚਾ ਨਾਲ ਜਦੋਂ ਮੈਂ ਇੱਥੇ ਬਾਹਰ ਆਇਆ ਨਾ ਮੈਨੂੰ ਪਤਾ ਲੱਗਾ ਯਾਰ ਮੈਂ ਆਪਣੇ ਮਮ ਡੈਡ ਨੂੰ ਮਿਸ ਕਰਦਾ ਵਿਆਂ ਬਹੁਤ ਜ਼ਿਆਦਾ ਤੇ ਜਦੋਂ ਮੈਂ ਬੈਕ ਇਨ ਇੰਡੀਆ ਸੀ ਕਦੇ ਕਦੇ ਮੈਂ ਘਰੇ ਵੀ ਨਾ ਆਣਾ ਬਹੁਤ ਰਾਤੀ ਘਰੇ ਆਣਾ ਤੇ ਦੋਸਤਾਂ ਵੱਲ ਜ਼ਿਆਦਾ ਤਵੱਜੋ ਰਹਿਣੀ ਫਿਰ ਦੋਸਤਾਂ ਨਾਲ ਵੀ ਇਦਾਂ ਹੀ ਹੋਇਆ ਦੋਸ ਉੱਥੇ ਉੱਥੇ ਸੀ ਤੇ ਇੰਨੀ ਜ਼ਿਆਦਾ ਕਦਰ ਆਪਾਂ ਦੋਸਤਾਂ ਦੀ ਵੀ ਨਹੀਂ ਪਾਉਂਦੇ ਫਿਰ ਜਦੋਂ ਇੱਥੇ ਆਉਂਦੇ ਆਪਾਂ ਮਿਸ ਕਰਦੇ ਆ ਠੀਕ ਹੈ ਉਹ ਜੋ ਪਿਆਰ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਮੈਂ ਸੋਚਦਾ ਹਾਂ ਨਾ ਕਿ ਵਾਟ ਇਫ ਕਿ ਜੋ ਇਤਿਹਾਸਿਕ ਲੀਡਰ ਨੇ ਕਰਪਟ ਲੀਡਰ ਮੈਂ ਗਵਾ ਸਪੈਸੀਫਿਕਲੀ ਕਰਪਟ ਲੀਡਰ ਇਹ ਸੋਚਦੇ ਹੋਣ ਕਿ ਯਾਰ ਹੁਣ ਸਾਡੀ ਜੋ ਹੋਂਦ ਹੈ ਇਹ ਹੌਲੀ ਹੌਲੀ ਖਤਰੇ 'ਚ ਵੇਖ ਕੇ ਕਿ ਲੋਕ ਕੀ ਹੁਣ ਪੜਦੇ ਲਿਖਦੇ ਜਾ ਰਹੇ ਨੇ ਲੋਕੀ ਇੰਨੇ ਬੇਫਕੂਫ ਨਹੀਂ ਹੁੰਦੇ ਕਿਉਂ ਨਾ ਆਪਾਂ ਇੱਕ ਇਦਾਂ ਦਾ ਕਾਰਾ ਕਰੀਏ ਇਹ ਸਿਰਫ ਕਾਂਸਪੀਰੇਸੀ ਥਿਉਰੀ ਹੈ ਕਿ ਕਿਉਂ ਨਾ ਆਪਾਂ ਇਦਾਂ ਦਾ ਕਾਰਾ ਕਰੀਏ ਕਿ ਜੋ ਲੋਕਾਂ ਦਾ ਪਿਆਰ ਟੁੱਟਿਆ ਹੋਇਆ ਧਰਮ ਦੇ ਵਿੱਚ ਉਹ ਪਿਆਰ ਵਾਪਸ ਆਵੇ ਤੇ ਉਦੋਂ ਮੈਂ ਕਹਿੰਦਾ ਜੋ ਧਰਮ ਦੇ ਵਿੱਚ ਪੋਲਿਟਿਕਸ ਹੈ ਨਾ ਉਹ ਇੱਥੇ ਰੋਲ ਪਲੇ ਕਰਦੀ ਏ ਹੋ ਸਕਦਾ ਕੀ ਇਦਾਂ ਹੋ ਸਕਦਾ ਕਿ ਕੋਈ ਰਿਲੀਜੀਅਸ ਲੀਡਰ ਕੋਈ ਕਰਪਟ ਰਿਲੀਜੀਅਸ ਲੀਡਰ ਹੀ ਇਦਾਂ ਦਾ ਕਾਰਾ ਕਰਾਉਂਦਾ ਹੋਵੇ ਕਿਉਂ ਨਹੀਂ ਹਜੇ ਤੱਕ ਕੋਈ ਵੀ ਇਨਵੈਸਟੀਗੇਸ਼ਨ ਹੋਈ ਤੇ ਕਿਉਂ ਨਹੀਂ ਹਜੇ ਤੱਕ ਕੋਈ ਵੀ ਬੰਦਾ ਸਾਹਮਣੇ ਆਇਆ ਕਿ ਕੌਣ ਹੈ ਮਾਸਟਰਮਾਈਂਡ ਕਿਉਂ ਨਹੀਂ ਜ਼ਰੂਰ ਕੋਈ ਨਾ ਕੋਈ ਤਗੜਾ ਬੰਦਾ ਇੱਕ ਕਨਸਪੀਰੇਸੀ ਦੇ ਪਿੱਛੇ ਹੋਵੇ ਇਹ ਬੇਅਦਬੀਆਂ ਦੇ ਪਿੱਛੇ ਹੋਵੇ ਤੇ ਹੋ ਸਕਦਾ ਉਹ ਸ਼ਾਇਦ ਕੋਈ ਕਰਪਟ ਰਿਲੀਜੀਅਸ ਲੀਡਰ ਹੀ ਹੋਵੇ ਇਹ ਸੀ ਮੇਰੀ ਅਗਲੀ ਕਨਸਪੀਰੇਸੀ ਫਿਰ ਕਨਕਲੂਜਨ ਕੀ ਹੈ ਇੰਨੀਆਂ ਕਨਸਪੀਰੇਸੀਜ਼ ਤੋਂ ਬਾਅਦ ਕਿ ਮੈਂ ਕਿੱਦਾਂ ਦੇਖਦਾ ਇਹ ਸਾਰੀਆਂ ਬੇਅਦਬੀਆਂ ਨੂੰ ਪਹਿਲੀ ਗੱਲ ਤੇ ਮੈਂ ਜੋ ਧਾਰਮਿਕ ਲੀਡਰ ਨੇ ਉਹਨਾਂ ਦੇ ਹੁਣ ਬਿਲਕੁਲ ਜੋ ਮੇਰਾ ٹرسٹ ਹੈ ਉਹ ਚੁੱਕਿਆ ਜਾ ਚੁੱਕਿਆ ਇੰਨੇ ਇਨਸੀਡੈਂਟ ਤੋਂ ਬਾਅਦ ਅਗਰ ਕੋਈ ਬੰਦਾ ਆ ਪੋਲਿਟੀਕਲ ਪਾਰਟੀ ਦੇ ਵਿੱਚ ਵੇ 10 ਸਾਲ ਤੋਂ ਜਾਂ 10 ਸਾਲ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਰੂਲ ਕਰ ਰਿਹਾ ਫਿਰ ਵੀ ਇਹਦਾ ਕੋਈ ਕਨਕਲੂਜਨ ਨਹੀਂ ਕੱਢ ਪਾਇਆ ਸਿੱਟਾ ਨਹੀਂ ਕੱਢ ਪਾਇਆ ਇਨਵੈਸਟੀਗੇਸ਼ਨ ਤੋਂ ਬਾਅਦ ਤੇ ਉਹ ਉਹਨੂੰ ਮੈਂ ਲੀਡਰ ਨਹੀਂ ਮੰਨਾਂਗਾ ਕਿ ਲੋਕਾਂ ਦੇ ਵਾਰ-ਵਾਰ ਠੇਸ ਪਹੁੰਚ ਰਹੀ ਏ ਧਰਮ ਦੇ ਉੱਤੇ ਤੇ ਮੈਂ ਉਹ ਲੀਡਰ ਨੂੰ ਇੰਨਾ ਰਿਸਪੈਕਟ ਨਹੀਂ ਦੇਵਾਂਗਾ ਤੇ ਜੋ ਹੁਣ ਲੀਡਰ ਨੇ ਆਈ ਥਿੰਕ ਇਹ ਕੁਝ ਕਰਨਗੇ ਵੀ ਨਹੀਂ ਇਹਨਾਂ ਨੂੰ ਮੇਨ ਚੀਜ਼ ਹੈ ਆਪਣੀ ਪੋਲੀਟੀਕਲ ਪਾਰਟੀ ਜਿਤਾਉਂਦੇ ਵਿੱਚ ਹੀ ਮੈਂ ਥੋੜਾ ਜਿਹਾ ਆਪਟੀਮਿਸਟਿਕ ਹਾਂ ਕਿ ਜੋ ਅਗਲੀ ਆਉਣ ਵਾਲੀ ਜਨਰੇਸ਼ਨ ਹੋਏਗੀ ਥੋੜੀ ਸਿਆਣੀ ਹੋਏਗੀ ਤੇ ਸ਼ਾਇਦ ਇਹ ਚੀਜ਼ਾਂ ਨੂੰ ਆਪਾਂ ਸੋਲਵ ਕਰ ਸਕਦੇ ਹਾਂ ਅਗਰ ਤੁਸੀਂ 1400 ਤੋਂ ਦੇਖੋ ਜਾਂ 1500 ਇਸਵੀ 1600 ਇਸਵੀ ਦੇ ਦੇਖੋ ਨਾ ਧਰਮ ਤੇ ਪੋਲੀਟਿਕਸ ਹਮੇਸ਼ਾ ਇਕੱਠੇ ਰਹੇ ਨੇ ਤੇ ਬਹੁਤ ਲੋਕਾਂ ਨੂੰ ਮਾਰਿਆ ਗਿਆ ਉਸ ਟਾਈਮ ਜਿਨ੍ਹਾਂ ਨੇ ਧਰਮ ਦੇ ਵਿਰੁੱਧ ਕੋਈ ਗੱਲ ਕੀਤੀ ਸੀ 크ਿਸਚੀਅਨਿਟੀ ਦੇ ਵਿਰੁੱਧ ਕੋਈ ਗੱਲ ਕੀਤੀ ਸੀ ਹੁਣ ਜਿੱਦਾ ਇਦਾਂ ਦਾ ਟਾਈਮ ਅੱਗੇ ਹੁੰਦਾ ਗਿਆ ਨਾ ਧਰਮ ਤੇ ਪੋਲੀਟੀਕਲ ਪਾਰਟੀਆਂ ਅਲੱਗ-ਅਲੱਗ ਹੋ ਗਈਆਂ ਜੇ ਵੈਸਟਰਨ ਵਰਲਡ 'ਚ ਦੇਖੀਏ ਤੇ ਹੁਣ ਧਰਮ ਆਪਣੀ ਜਗ੍ਹਾ ਲੱਗਿਆ ਹੋਇਆ ਤੇ ਪੋਲੀਟੀਕਲ ਪਾਰਟੀਆਂ ਆਪਣੀ ਜਗ੍ਹਾ ਲੱਗੀਆਂ ਗਈਆਂ ਤੇ ਹੁਣ ਧਰਮ ਦੇ ਉੱਤੇ ਜ਼ਿਆਦਾ ਚੋਟ ਵੈਸਟ ਵਰਲਡ ਦੇ ਵਿੱਚ ਨਹੀਂ ਹੁੰਦੀ ਬਟ ਆਪਾਂ ਹਜੇ ਵੀ ਕਿਤਨਾ ਕਿਤੇ ਪੋਲੀਟਿਕਸ ਨੂੰ ਤੇ ਧਰਮ ਨੂੰ ਨਾਲ ਨਾਲ ਲੈ ਕੇ ਚੱਲਦੇ ਆ ਇਹ ਸਾਰਾ ਕਸੂਰ ਮੈਂ ਲੀਡਰਾਂ ਦਾ ਹੀ ਮੰਨਾਂ ਹੁਣ ਜੋ ਨਵੀਂ ਜਨਰੇਸ਼ਨ ਹੋਏਗੀ ਜੋ ਸਮਝੇਗੀ ਜੋ ਧਰਮ ਨੂੰ ਪੋਲਿਟਿਕਸ ਤੋਂ ਥੋੜੀ ਜੀ ਦੂਰ ਰੱਖੇਗੀ ਤੇ ਸ਼ਾਇਦ ਇਦਾਂ ਦੇ ਕੇਸ ਬਹੁਤ ਜ਼ਿਆਦਾ ਘਟ ਜਾਣਗੇ ਬਟ ਉਦੋਂ ਹੀ ਇਹ ਪੋਸੀਬਲ ਹੈ ਜਦੋਂ ਆਪਣੀ ਨਵੀਂ ਪਨੀਰੀ ਰੀਜ਼ਨੇਬਲ ਬੰਦਿਆਂ ਨੂੰ ਸੁਣेंगे ਠੀਕ ਹੈ ਆਪਣੀ ਆਮ ਸਟੱਡੀ ਕਰੇਗੀ ਰਿਸਰਚ ਕਰੇਗੀ ਕਿ ਕਿੱਦਾਂ ਦੂਜੀ ਦੁਨੀਆ ਕੰਮ ਕਰਦੀ ਪਈਏ ਇਹ ਗਾਣਿਆਂ ਤੋਂ ਨਿਕਲੇਗੀ ਆ ਰੋ ਨੋ ਕਿੰਨਾ ਕੁ ਜ਼ਿਆਦਾ ਇਹ ਚੀਜ਼ਾਂ ਪਲੇ ਕਰਦੀਆਂ ਨੇ ਬਟ ਪਲੇ ਜ਼ਰੂਰ ਕਰਦੀਆਂ ਨੇ ਆਪਣੇ ਦਿਮਾਗ ਦੇ ਉੱਤੇ ਤੇ ਮੈਂ ਇਹੀ ਕਵਾਂਗਾ ਜੋ ਨਵੀਂ ਆਉਣ ਵਾਲੀ ਪਨੀਰੀ ਹੈ ਵਧੀਆ ਬੰਦਿਆਂ ਨੂੰ ਸੁਣੋ ਆ ਬੰਦਿਆਂ ਨੂੰ ਪਰਖੋ ਤੇ ਸੋਚੋ ਕਿ ਜੋ ਤੁਹਾਡੇ ਲੀਡਰ ਹੁੰਦੇ ਨੇ ਤੁਹਾਡੇ ਪਿੰਡਾਂ ਅਲ ਸ਼ਹਿਰਾਂ ਵਾਲ ਉਹ ਤੁਹਾਨੂੰ ਬੇਫਕੂਫ ਤੇ ਨਹੀਂ ਬਣਾਉਂਦੇ ਪਏ ਧਰਮ ਦੇ ਨਾਮ ਦੇ ਉੱਤੇ ਠੀਕ ਹੈ ਅਗਰ ਉਹਨਾਂ ਨੂੰ ਕੁਐਸਚਨ ਵੀ ਕਰਨਾ ਉਹਨੂੰ ਪ੍ਰੋਪਰ ਕੁਐਸਚਨ ਕਰੋ ਕਿ ਇਹ ਸਾਡਾ ਪਿੰਡ ਹੈ ਇਹ ਸਾਡਾ ਸ਼ਹਿਰ ਹੈ ਤੁਹਾਡੀ ਅੱਗੇ ਕੀ ਪਾਲਿਸੀਆਂ ਨੇ ਠੀਕ ਹੈ ਸਿਰਫ ਇਦਾਂ ਹੀ ਨਾ ਕਹਿੰਦੇ ਰਹਿਣ ਕਿ ਹਾਂ ਅਸੀਂ ਇਨਸਾਫ ਦਿਵਾਵਾਂਗੇ ਜਿੰਨੇ ਵੀ ਬੀਅਦੀ ਵੀ ਕੀਤੀ ਠੀਕ ਹੈ ਇਹ ਬਹੁਤ ਟਾਈਮ ਤੋਂ ਸੁਣਦੇ ਆਏ ਆ ਆਪਾਂ ਕੋਈ ਕਿਸੇ ਨੂੰ ਕਿਸੇ ਵੀ ਜ਼ਰਾ ਦਾ ਇਨਸਾਫ ਨਹੀਂ ਮਿਲਿਆ ਠੀਕ ਹੈ ਇਹ ਚੀਜ਼ ਧਾਰਮਿਕ ਲੀਡਰਾਂ ਵਾਸਤੇ ਬਹੁਤ ਵਧੀਆ ਜਿੰਨੀ ਡਿਸਟਰਬੈਂਸ ਹੋਏਗੀ ਤੇ ਇਹ ਸੀ ਅੱਜ ਦਾ ਐਪੀਸੋਡ ਹੁਣ ਮਿਲਦੇ ਆਪਾਂ ਅਗਲੇ ਐਪੀਸੋਡ ਦੇ ਵਿੱਚ ਮੈਂ ਤੁਹਾਡਾ ਆਪਣਾ ਕਾਕਾ ਵਾਲੀ ਨਾਮ ਰੱਖ ਗੰਦੀਪ ਸਿੰਘ ਫਸਿਆਕਾਰ